ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਅਹਿਮ ਬੈਠਕ ਅੱਜ। ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਹੋ ਸਕਦਾ ਹੈ ਕੋਈ ਵੱਡਾ ਫੈਸਲਾ। ਬਾਗੀ ਧੜੇ ਦੀ ਸ਼ਿਕਾਇਤ ਤੋਂ ਬਾਅਦ ਸੁਖਬੀਰ ਨੇ ਦਿੱਤਾ ਸੀ ਮੁਆਫੀਨਾਮਾ। ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਪਹਿਲਾਂ ਅਕਾਲੀ ਦਲ 'ਚੋਂ ਵੱਡਾ ਬਦਲਾ। ਸੁਖਬੀਰ ਸਿੰਘ ਬਾਦਲ ਨੇ ਖੁਦ ਨੂੰ ਪ੍ਰਧਾਨਗੀ ਤੋਂ ਕੀਤਾ ਲਾਂਭੇ। ਭੁੰਦੜ ਨੂੰ ਲਗਾਇਆ ਕਾਰਜਕਾਰੀ ਪ੍ਰਧਾਨ, ਹੁਣ ਤੋਂ ਪਾਰਟੀ ਦਾ ਸਾਰਾ ਕੰਮਕਾਜ ਵੇਖਣਗੇ ਭੁੰਦੜ। ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਬਲਵਿੰਦਰ ਸਿੰਘ ਭੁੰਦੜ ਦੀ ਬਾਗੀਆਂ ਨੂੰ ਅਪੀਲ। ਨਿਊਜ਼ 18 ਤੇ ਬੋਲੇ, ਅਸੀਂ ਸਾਰੇ ਇੱਕੋ ਪਰਿਵਾਰ ਦੇ ਜੀ, ਸੀਜ਼ਫਾਇਰ ਕਰ, ਇਕੱਠੇ ਮਿਲ ਕੇ ਕਰਨਾ ਹੋਏਗਾ ਕੰਮ। ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਲਾਉਣ ਤੇ ਬਾਗੀਆਂ ਦਾ ਤਿੱਖਾ ਹਮਲਾ। ਕਿਹਾ ਇਹ ਫੈਸਲਾ ਖੰਚ 'ਚ ਧੂੜ ਪਾਉਣ ਵਾਲਾ। ਬੋਲਿਆ ਸੀ ਸੁਖਬੀਰ ਬਾਦਲ ਦਾ ਮੰਗਿਆ ਸੀ ਅਸਤੀਫਾ, ਨਾ ਕਿ ਕਾਰਜਕਾਰੀ ਪ੍ਰਧਾਨ। ਕੰਗਨਾ ਰਣੌਤ ਤੇ ਸ਼ਰਮਨਾਕ ਟਿੱਪਣੀ ਕਰਨ ਤੇ ਸਿਮਰਨਜੀਤ ਸਿੰਘ ਮਾਨ ਨੂੰ ਨੋਟਿਸ। ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਪੰਜ ਦਿਨਾਂ ਦੇ ਅੰਦਰ ਜਨਤਕ ਮਾਫੀ ਮੰਗਣ ਦੇ ਲਈ ਕਿਹਾ। ਮਾਨ ਨੇ ਕਿਹਾ ਸੀ ਕੰਗਨਾ ਨੂੰ ਰੇਪ ਦਾ ਹੈ ਤਜਰਬਾ। ਮਾਨ ਦੇ ਵਿਵਾਦਿਤ ਬਿਆਨ ਤੇ ਕੰਗਨਾ ਦਾ ਜਵਾਬ, ਕਿਹਾ ਰੇਪ ਦੀਆਂ ਧਮਕੀਆਂ ਦੇ ਕੇ ਨਹੀਂ ਦਬਾ ਸਕਦੇ ਮੇਰੀ ਆਵਾਜ਼ ਤਾਂ। ਸਿਮਰਨਜੀਤ ਸਿੰਘ ਮਾਨ ਨੇ ਦਿੱਤਾ ਸਪਸ਼ਟੀਕਰਨ। ਬੀਜੇਪੀ ਦੀ ਐਮਪੀ ਡਰਾਮਾ ਕਰਕੇ ਕਿਸਾਨਾਂ ਤੇ ਸਿੱਖਾਂ ਨੂੰ ਬਲਾਤਕਾਰੀ ਦੱਸਣ ਦੀ ਕਰ ਰਹੀ ਕੋਸ਼ਿਸ਼। ਬਠਿੰਡਾ ਦੇ ਰਾਮਪੁਰਾ ਫੂਲ ਦੇ ਵਿੱਚ NIA ਦੀ ਰੇਡ। ਮਹਿਲਾ ਕਿਸਾਨ ਸੁਖਵਿੰਦਰ ਕੌਰ ਖੰਡੀ ਦੇ ਘਰ ਛਾਪੇਮਾਰੀ ਜਾਰੀ। ਵਿਰੋਧ ਵਿੱਚ ਕਿਸਾਨਾਂ ਨੇ ਲਗਾਇਆ ਧਰਨਾ। ਧੋਖਾਧੜੀ ਦੇ ਮਾਮਲੇ ਦੇ ਵਿੱਚ ਮੋਹਾਲੀ ਦੇ ਵੱਡੇ ਬਿਲਡਰ ਜਰਨੈਲ ਸਿੰਘ ਬਾਜਵਾ ਗ੍ਰਿਫਤਾਰ। ਹਾਈ ਕੋਰਟ ਦੀ ਝਾੜ ਤੋਂ ਬਾਅਦ ਮੋਹਾਲੀ ਪੁਲਿਸ ਨੇ ਕੀਤਾ ਅਰੈਸਟ, ਅੱਜ ਕੋਰਟ 'ਚ ਕੀਤਾ ਜਾਏਗਾ ਪੇਸ਼। ਜੰਡਿਆਲਾ ਗੁਰੂ 'ਚ ਦਿਨ ਦਿਹਾੜੇ ਦੋਧੀ ਦਾ ਕਤਲ। ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ। ਆਪਣੀ ਕਾਰ ਤੇ ਦੁੱਧ ਪਾਉਣ ਗਿਆ ਸੀ ਸ਼ਖਸ। ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ। ਸੰਗਰੂਰ ਤੋਂ ਮੁੱਖ ਮੰਤਰੀ ਮਾਨ ਨੇ ਕੀਤਾ ਆਗਾਜ਼। ਗੁਰਦਾਸ ਮਾਨ ਨੇ ਦਿੱਤੀ ਪਰਫਾਰਮੈਂਸ। ਸਤਿ ਸ਼੍ਰੀ ਅਕਾਲ, 9 ਵਜੇ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਸ਼ੁਰੂਆਤ ਬੁਲੇਟਿਨ ਦੀ ਕਰਾਂਗੇ ਅੱਜ ਦੀ ਅਹਿਮ ਖਬਰ ਤੋਂ, ਜੋ ਕਿ ਸੁਖਬੀਰ ਬਾਦਲ ਤੇ ਸੁਪਰੀਮ ਫੈਸਲਾ ਆਉਣਾ ਹੈ ਔਰ ਜਿਸ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਟਿਕੀਆਂ ਹੋਈਆਂ ਨੇ। ਤਾਂ ਅੱਜ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਔਰ 11 ਵਜੇ ਦਾ ਸਮਾਂ ਰੱਖਿਆ ਗਿਆ ਹੈ। ਸਵੇਰੇ 11 ਵਜੇ ਦੱਸ ਦਈਏ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਇਹ ਬੈਠਕ ਹੋਏਗੀ ਔਰ ਸੁਖਬੀਰ ਬਾਦਲ ਨੂੰ ਲੈ ਕੇ ਫੈਸਲਾ ਕੋਈ ਵੱਡਾ ਹੋ ਸਕਦਾ ਹੈ। ਤਾਂ ਬਾਗੀ ਧੜੇ ਦੀ ਸ਼ਿਕਾਇਤ ਤੋਂ ਬਾਅਦ ਦੱਸ ਦਈਏ ਕਿ ਸੁਖਬੀਰ ਬਾਦਲ ਨੇ ਮਾਫ਼ੀਨਾਮਾ ਦਿੱਤਾ ਸੀ, ਜਿਸ ਤੋਂ ਬਾਅਦ ਅੱਜ ਦੀ ਯਾਨੀ ਕਿ 30 ਅਗਸਤ ਦੀ ਜਿਹੜੀ ਤਰੀਕ ਹੈ ਉਹ ਮਿੱਥ ਦਿੱਤੀ ਗਈ ਸੀ ਕਿ ਬੈਠਕ ਹੋਏਗੀ ਔਰ ਉਸਦੇ ਵਿੱਚ ਫੈਸਲਾ ਲਿਆ ਜਾਏਗਾ। 5 ਤਖ਼ਤਾਂ ਦੇ ਸਿੰਘ ਸਾਹਿਬਾਨ ਯਾਨੀ ਕਿ ਜਥੇਦਾਰ ਸਾਹਿਬ ਅੱਜ ਮੌਜੂਦ ਰਹਿਣਗੇ। ਸ਼੍ਰੀ ਅਕਾਲ ਤਖ਼ਤ ਸਾਹਿਬ ਸਰਵੋੱਚ ਹੈ ਔਰ ਉੱਥੇ ਸਿੱਖਾਂ ਦੀ ਦੱਸ ਦਈਏ ਕਿ ਸੁਪਰੀਮ ਕੋਰਟ ਮੰਨੀ ਜਾਂਦੀ ਹੈ, ਜਿਸ ਤੋਂ ਫੈਸਲਾ ਆਏਗਾ ਔਰ ਉਹ ਮੰਨਣਾ ਹੋਏਗਾ। ਤਾਂ ਪੰਥ ਜਿਹੜਾ ਹੈ ਉਹ ਵਾਰ ਵਾਰ ਕਿਹਾ ਜਾ ਰਿਹਾ ਕਿ ਕੁੱਲ ਮਿਲਾ ਕੇ ਪੰਥ ਦੇ ਨਾਲ ਜਿਸ ਤਰੀਕੇ ਦੇ ਨਾਲ ਜੋ ਫੈਸਲੇ ਉਸ ਸਮੇਂ ਲਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਤੌਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਤਾਂ ਇਹ ਦਗਾ ਕੀਤਾ ਗਿਆ ਹੈ। ਤਾਂ ਜਿਸ ਤੋਂ ਬਾਅਦ ਹੁਣ ਇਹ ਫੈਸਲਾ ਹੋਣਾ ਚਾਹੀਦਾ ਹੈ, ਸਖ਼ਤ ਫੈਸਲਾ ਹੋਣਾ ਚਾਹੀਦਾ ਹੈ। ਸੁਝਾਅ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਵੱਖ ਵੱਖ ਜਥੇਬੰਦੀਆਂ ਨੇ, ਪੰਥਕ ਜਥੇਬੰਦੀਆਂ ਨੇ, ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਣਬੀਰ ਸਿੰਘ ਨੂੰ ਦਿੱਤੇ ਨੇ ਲਿਖਤੀ ਤੌਰ ਤੇ ਜਿਹੜੀ ਹੈ ਉਹ ਮੰਗ ਰੱਖੀ ਹੈ। ਤਾਂ ਕੁੱਲ ਮਿਲਾ ਕੇ ਅੱਜ ਨਜ਼ਰਾਂ ਜਿਹੜੀਆਂ ਨੇ ਉਹ ਟਿਕੀਆਂ ਰਹਿਣਗੀਆਂ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਫੈਸਲਾ ਹੋਏਗਾ। ਤਾਂ ਸੁਖਬੀਰ ਬਾਦਲ ਨੂੰ ਦੱਸ ਦਈਏ ਕਿ ਧਾਰਮਿਕ ਸਜ਼ਾ ਲੱਗੇਗੀ, ਇਹ ਸਵਾਲ ਹੈ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਬੀੜਾ ਕਿਸ ਤਰੀਕੇ ਦੇ ਨਾਲ ਚੁੱਕਿਆ ਗਿਆ ਇਸ ਤੇ ਥੋੜ੍ਹਾ ਜਿਹਾ ਜੇਕਰ ਅਸੀਂ ਪਿਛਲੇ ਸਮੇਂ 'ਚ ਜਾਈਏ, ਡੂੰਘਾਈ 'ਚ ਜਾਈਏ, ਤਾਂ ਸਭ ਤੋਂ ਪਹਿਲਾਂ ਚਰਨਜੀਤ ਬਰਾੜ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ। ਸ਼ੁਰੂਆਤ ਉੱਥੋਂ ਹੁੰਦੀ ਹੈ ਜਿਸ ਤੋਂ ਬਾਅਦ ਜਿਹੜੇ ਅਸੀਂ ਕਹਿ ਸਕਦੇ ਹਾਂ ਨਾਰਾਜ਼ ਸੀ, ਕਿਉਂਕਿ ਜੇਕਰ ਬੀਬੀ ਜਗੀਰ ਕੌਰ ਦਾ ਜ਼ਿਕਰ ਕੀਤਾ ਜਾਏ, ਇੱਕ ਸਮਾਂ ਅਜਿਹਾ ਆਇਆ ਜਦੋਂ ਉਹਨਾਂ ਨੇ ਪਾਰਟੀ ਛੱਡੀ, ਉਹਨਾਂ ਨੂੰ ਪਾਰਟੀ ਤੋਂ ਲਾਂਭੇ ਕੀਤਾ ਗਿਆ। ਦੁਬਾਰਾ ਇਲੈਕਸ਼ਨ ਦੇ ਸਮੇਂ ਦੇ ਦੌਰਾਨ ਬੀਬੀ ਜਗੀਰ ਕੌਰ ਨੇ ਐਂਟਰੀ ਕੀਤੀ। ਸੁਖਦੇਵ ਸਿੰਘ ਢੀਂਡਸਾ ਦੇ ਨਾਲ ਵੀ ਇਸੇ ਤਰੀਕੇ ਦੇ ਨਾਲ ਸੇਮ ਹਾਲਾਤ ਜਿਹੜੇ ਨੇ ਉਹ ਬਣੇ ਆ। ਕਹਿ ਲਈਏ ਕਿ
ਇਸੇ ਤਰੀਕੇ ਦੇ ਨਾਲ ਉਹਨਾਂ ਨੇ ਵੀ ਪਾਰਟੀ ਛੱਡੀ ਔਰ ਉਸ ਤੋਂ ਬਾਅਦ ਆਪਣਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ ਜਿਸ ਤੋਂ ਬਾਅਦ ਉਹ ਵਾਪਸੀ ਕਰਦੇ ਨੇ ਪਰ ਫਿਰ ਵੀ ਨਾਰਾਜ਼ਗੀ ਜਿਹੜੀ ਹੈ ਉਸੇ ਤਰੀਕੇ ਦੇ ਬਣ ਨਾਲ ਬਰਕਰਾਰ ਰਹਿੰਦੀ ਹੈ ਤਾਂ ਇਹ ਦੱਸ ਦਈਏ ਕਿ ਇਹ ਸਾਰਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ 1 ਜੁਲਾਈ ਨੂੰ ਅਕਾਲੀ ਦਲ ਦਾ ਬਾਗੀ ਧੜਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਸੀ ਬਾਗੀਆਂ ਨੇ ਅਕਾਲ ਤਖ਼ਤ ਸਾਹਿਬ ਤੇ ਮੁਆਫ਼ੀਨਾਮਾ ਸੌਂਪਦਿਆਂ ਸ਼ਿਕਾਇਤ ਕੀਤੀ ਸੀ ਕਿ ਬੇਅਦਬੀ ਕੇਸਾਂ ਦੀ ਸਹੀ ਜਾਂਚ ਨਹੀਂ ਹੋਈ ਹੈ ਅਕਾਲੀ ਸਰਕਾਰ ਵੇਲੇ ਦੁਖਦਾਈ ਗੋਲੀਕਾਂਡ ਵਾਪਰੇ ਨੇ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਗਈ ਹੈ ਅਤੇ ਸੁਮੇਧ ਸੈਣੀ ਨੂੰ ਡੀਜੀਪੀ ਬਣਾਇਆ ਗਿਆ ਹੈ ਤਾਂ ਇਹ ਸਾਰੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇਹ ਸਾਰੇ ਇੱਕ ਕਿਸਮ ਦੇ ਗੁਨਾਹ ਕੀਤੇ ਗਏ ਨੇ ਔਰ ਜਿਸ ਤੋਂ ਬਾਅਦ ਬਾਗੀਆਂ ਦੀ ਸ਼ਿਕਾਇਤ ਤੋਂ ਬਾਅਦ ਹੁਣ 15 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਅੰਦਰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ 24 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਤੇ ਮੁਆਫ਼ੀਨਾਮਾ ਸੌਂਪਿਆ ਸੀ ਉਸ ਮੁਆਫ਼ੀਨਾਮੇ ਦੇ ਵਿੱਚ ਉਹ ਚਿੱਠੀ ਵੀ ਬਕਾਇਦਾ ਲਗਾਈ ਗਈ ਸੀ ਜੋ 2015 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਦਿੱਤੀ ਗਈ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਵੀ ਭੁੱਲਾਂ ਚੁੱਕਾਂ ਹੋਈਆਂ ਨੇ ਉਸਦੇ ਲਈ ਉਹ ਖੀਮਾ ਜਾਂਚਣਾ ਮੰਗਦੇ ਨੇ ਤਾਂ ਕੁੱਲ ਮਿਲਾ ਕੇ ਸੁਖਬੀਰ ਬਾਦਲ ਨੇ ਮੁਆਫ਼ੀ ਮੰਗੀ ਔਰ ਉਸ ਤੋਂ ਬਾਅਦ ਜਿਹੜੇ ਵੱਖ ਵੱਖ ਕਹਿ ਲਈਏ ਕਿ ਜਥੇਬੰਦੀਆਂ ਨੇ ਉਹ ਵੀ ਜਾ ਕੇ ਮਿਲਦੀਆਂ ਹੋਈਆਂ ਨਜ਼ਰ ਆਈਆਂ ਸਨ ਕਿ ਜੇਕਰ ਫੈਸਲਾ ਲਿਆ ਜਾਵੇਗਾ ਤਾਂ ਸੇਵਾ ਜਿਹੜੀ ਹੈ ਉਹ ਨਾ ਕਰਾਈ ਜਾਵੇ ਬਲਕਿ ਫੈਸਲਾ ਸਖਤੀ ਦੇ ਨਾਲ ਲਿਆ ਜਾਵੇ ਤਾਂ ਬਾਗੀਆਂ ਦੀ ਸ਼ਿਕਾਇਤ ਤੋਂ ਬਾਅਦ ਅਸੀਂ ਕਿ 15 ਜੁਲਾਈ ਦਾ ਉਹ ਦਿਨ ਸੀ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਔਰ ਸੁਖਬੀਰ ਬਾਦਲ ਨੂੰ 15 ਦਿਨ ਦੇ ਅੰਦਰ ਕਿਹਾ ਗਿਆ ਕਿ ਪੇਸ਼ ਹੋਇਆ ਜਾਏ ਜਿਸ ਤੋਂ ਬਾਅਦ ਸੁਖਬੀਰ ਬਾਦਲ 24 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਤੇ ਆਪਣਾ ਸਪਸ਼ਟੀਕਰਨ ਤੇ ਮੁਆਫ਼ੀਨਾਮਾ ਸੌਂਪਦੇ ਨੇ ਜਿਸ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਹੋਈਆਂ ਗਲਤੀਆਂ ਦੀ ਮੁਆਫ਼ੀ ਮੰਗੀ ਸੀ ਇਹ ਵੀ ਜ਼ਿਕਰਯੋਗ ਹੈ ਸੁਖਬੀਰ ਬਾਦਲ ਨੇ ਚਿੱਠੀ ਬੰਦ ਜਿਹੜਾ ਲਿਫਾਫਾ ਬੰਦ ਉਹ ਮੁਆਫ਼ੀਨਾਮਾ ਸੌਂਪਿਆ ਸੀ ਜਿਸ ਤੋਂ ਬਾਅਦ ਇਹ ਮੰਗ ਉੱਠੀ ਕਿ ਮੁਆਫ਼ੀ ਜਿਹੜੀ ਹੈ ਉਹ ਜਨਤਕ ਕਿਉਂ ਨਹੀਂ ਕੀਤੀ ਜਾ ਰਹੀ ਕੀ ਉਸ ਦੇ ਵਿੱਚ ਅਜਿਹਾ ਲਿਖਿਆ ਗਿਆ ਤਾਂ ਇਸ ਤੋਂ ਬਾਅਦ ਉਹ ਚਿੱਠੀ ਵੀ ਜਨਤਕ ਹੁੰਦੀ ਹੈ ਔਰ ਉਸ ਦੇ ਵਿੱਚ ਸਾਫ਼ ਤੌਰ 'ਤੇ ਇਹ ਵੇਖਿਆ ਗਿਆ ਹੈ ਕਿ ਕਿਵੇਂ ਉਸ ਦੇ ਵਿੱਚ ਉਹਨਾਂ ਨੇ ਇੱਕ ਇੱਕ ਪਾਰਟੀਕੁਲਰ ਮਸਲੇ ਦਾ ਤਾਂ ਜ਼ਿਕਰ ਨਹੀਂ ਕੀਤਾ ਪਰ ਉਹਨਾਂ ਨੇ ਇੰਨਾ ਜ਼ਰੂਰ ਲਿਖਿਆ ਕਿ ਉਹਨਾਂ ਦੀ ਪ੍ਰਧਾਨਗੀ ਦੇ ਵੇਲੇ ਜੋ ਵੀ ਜਿਹੜੀਆਂ ਗਲਤੀਆਂ ਹੋਈਆਂ ਨੇ ਉਸਦੀ ਉਹ ਖੀਮਾ ਮੰਗਦੇ ਨੇ ਉਸਦੀ ਉਹ ਮਾਫ਼ੀ ਮੰਗਦੇ ਨੇ ਚੇਤ ਅਚੇਤ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਭੁੱਲਾਂ ਦੀਆਂ ਖੀਮਾ ਮੰਗਦੇ ਨੇ ਸਿੰਘ ਸਾਹਿਬ ਦੇ ਹੁਕਮਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗਾ ਇਹ ਵੀ ਸੁਖਬੀਰ ਬਾਦਲ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਜੋ ਵੀ ਗਲਤੀ ਹੋਈ ਹੈ ਉਸਦੇ ਲਈ ਤਾਂ ਮਾਫ਼ੀ ਹੈ ਦੂਸਰਾ ਜੋ ਵੀ ਫੈਸਲਾ ਹੋਏਗਾ ਉਸ ਨੂੰ ਮੰਨਾਂਗਾ ਔਰ ਬਿਲਕੁਲ ਖਿੜੇ ਮੱਥੇ ਮੰਨਾਂਗਾ ਗੁਰੂ ਸਾਹਿਬ ਦੇ ਪਾਸੋਂ ਬਿਨਾਂ ਸ਼ਰਤ ਖੀਮਾ ਜਾਂਚਣਾ ਮੰਗੀ ਗਈ ਸੀ ਤਾਂ ਕੁੱਲ ਮਿਲਾ ਕੇ ਉਸ ਤੋਂ ਬਾਅਦ ਅਜਿਹਾ ਵੀ ਹੋਇਆ ਜਦੋਂ ਵੱਖ ਵੱਖ ਜਥੇਬੰਦੀਆਂ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਮੁਲਾਕਾਤ ਕਰਨ ਪਹੁੰਚੀਆਂ ਸਤਿਕਾਰਯੋਗ ਸਿੰਘ ਸਾਹਿਬ ਜੀਓ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਆਪ ਨੂੰ ਸਨਿਮਰ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ ਇਸ ਜਥੇਬੰਦੀ ਦੀ ਸਥਾਪਨਾ ਵੀ 14 ਦਸੰਬਰ 1920 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈ ਸੀ ਅਤੇ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਹ ਮਹਾਨ ਜਥੇਬੰਦੀ 10 ਗੁਰੂ ਸਾਹਿਬਾਨ ਅਤੇ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸੇਧ ਲੈ ਕੇ ਸਰਬੱਤ ਦੇ ਭਲੇ ਵਾਸਤੇ ਦਿਨ ਰਾਤ ਮਿਹਨਤ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਤੇ ਰਹੇਗਾ ਜਿੱਥੋਂ ਤੱਕ ਮੇਰੇ ਖਿਲਾਫ਼ ਕੁਝ ਸੀਨੀਅਰ ਆਗੂਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਸੰਬੰਧ ਹੈ ਉਸ ਦੇ ਸਪਸ਼ਟੀਕਰਨ ਤੋਂ ਪਹਿਲਾਂ ਮੈਂ ਕੁਝ ਮਹੱਤਵਪੂਰਨ ਤੱਥ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ ਕੁਝ ਦੁਖਦਾਈ ਘਟਨਾਵਾਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਾਲ 2007 ਤੋਂ ਲੈ ਕੇ ਅਕਤੂਬਰ 2015 ਤੱਕ ਵਾਪਰੀਆਂ ਸਨ ਇਹਨਾਂ ਹਿਰਦੇ ਵੇਦਕ ਘਟਨਾਵਾਂ ਨੂੰ ਲੈ ਕੇ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਕੋਲ 17 ਅਕਤੂਬਰ 2015 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਨਿੱਜੀ ਤੌਰ ਤੇ ਹਾਜ਼ਰ ਹੋਏ ਸਨ ਉਹਨਾਂ ਨੇ ਪਸ਼ਚਾਤਾਪ ਦੀ ਭਾਵਨਾ ਨਾਲ ਆਪਣੇ ਮਨ ਦੀ ਪੀੜਾ
ਇੱਕ ਲਿਖਤੀ ਪੱਤਰ 'ਚ ਸਿੰਘ ਸਾਹਿਬ ਨੂੰ ਪੇਸ਼ ਕੀਤੀ ਸੀ। ਤਤਕਾਲੀ ਮੁੱਖ ਮੰਤਰੀ ਸਾਹਿਬ ਦੇ ਮਨ ਉੱਪਰ ਉਸ ਵੇਲੇ ਵਾਪਰ ਰਹੀਆਂ ਅਣਕਿਆਸੀਆਂ ਘਟਨਾਵਾਂ ਦਾ ਭਾਰੀ ਬੋਝ ਸੀ ਅਤੇ ਉਹਨਾਂ ਨੇ ਆਪਣੇ ਮਨ ਦੀ ਵੇਦਨਾ ਤਤਕਾਲੀ ਜਥੇਦਾਰ ਜੀ ਦੇ ਸਨਮੁੱਖ ਭਰੇ ਮਨ ਨਾਲ ਰੱਖੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖ਼ਤ ਹੈ, ਸਮਰੱਥ ਗੁਰੂ ਜਾਣੀ ਜਾਣ ਹੈ। ਤਰਕ ਤੇ ਦਲੀਲਾਂ ਉੱਥੇ ਹੁੰਦੀਆਂ ਹਨ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਜਾਂ ਕੁਝ ਲੁਕਾਉਣ ਦੀ ਮਨਸ਼ਾ ਹੋਵੇ। ਦਾਸ ਗੁਰੂ ਘਰ ਦਾ ਨਿਮਾਣਾ ਸੇਵਕ ਹੈ, ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਿਹਾ ਹੈ। ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ। ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖ਼ਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਯਾਚਨਾ ਕਰਦਾ ਹੈ। ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ, ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ। ਦਾਸ ਚੇਤ ਅਚੇਤ 'ਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਚੁੱਕਾਂ ਲਈ ਖਿਮਾ ਦਾ ਯਾਚਕ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਖਿੜੇ ਮੱਥੇ ਪ੍ਰਵਾਨ ਕਰਨਗੇ। ਮੇਰੀ ਅਰਦਾਸ ਹੈ ਅਕਾਲ ਪੁਰਖ ਪੰਥ ਅਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਗੁਰੂ ਪੰਥ ਦਾ ਦਾਸ ਸੁਖਬੀਰ ਸਿੰਘ ਬਾਦਲ। ਤਾਂ ਇਹ ਮਾਫ਼ੀਨਾਮਾ ਜਿਹੜਾ 24 ਜੁਲਾਈ ਨੂੰ ਸੌਂਪਿਆ ਗਿਆ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ, ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ ਅੱਜ ਦਾ ਦਿਨ। ਤਾਂ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਰਾਜੀਵ, ਅਸੀਂ ਮਾਫ਼ੀਨਾਮਾ ਵੀ ਦਿਖਾਇਆ ਹੈ ਜਿਸ ਦੇ ਵਿੱਚ ਸੁਖਬੀਰ ਬਾਦਲ ਨੇ ਜ਼ਿਕਰ 2015 ਦਾ ਕੀਤਾ। ਉਹਨਾਂ ਨੇ ਉਹ ਕਿਹਾ ਕਿ ਉਹ ਵਾਕਈ ਹੀ ਜਿਹੜਾ ਸਮਾਂ ਗੁਜ਼ਰਿਆ ਹੈ ਉਸਨੂੰ ਲੈ ਕੇ ਉਹ ਜਿਹੜਾ ਹੈ ਉਹ ਮਾਫ਼ੀ ਮੰਗਦੇ ਨੇ ਇੱਕ ਕਿਸਮ ਦੇ ਨਾਲ। ਹਾਲਾਂਕਿ ਉਸ ਸਮੇਂ ਮਾਫ਼ੀ ਦਾ ਜ਼ਿਕਰ ਨਹੀਂ ਹੋਇਆ, ਪਰ ਜਿਹੜੀ ਨਵੀਂ ਤਾਜ਼ਾ ਚਿੱਠੀ ਜਿਹੜੀ ਸੌਂਪੀ ਗਈ ਸੀ ਮਾਫ਼ੀ, ਉਸਦੇ ਵਿੱਚ ਜ਼ਰੂਰ ਜ਼ਿਕਰ ਹੋਇਆ। ਤਾਂ ਆਪਣੇ ਆਪ ਦੇ ਵਿੱਚ ਬੇਹੱਦ ਅਹਿਮ ਹੈ ਕਿਉਂਕਿ ਇੱਕ ਪਾਸੇ ਅਸੀਂ ਦੇਖਿਆ ਕਿ ਕਈ ਜਥੇਬੰਦੀਆਂ ਗਿਆਨੀ ਰਘਬੀਰ ਸਿੰਘ ਹੋਰਾਂ ਨੂੰ ਜਥੇਦਾਰ ਸਾਹਿਬ ਨੂੰ ਮਿਲੀਆਂ, ਉਹਨਾਂ ਨੇ ਕਿਹਾ ਕਿ ਸੇਵਾ ਨਾ ਲਾਈ ਜਾਏ ਬਲਕਿ ਅਜਿਹੀ ਜਿਹੜਾ ਫੈਸਲਾ ਸਖ਼ਤ ਹੋਣਾ ਚਾਹੀਦਾ ਹੈ ਕਿਉਂਕਿ ਪੰਥ ਦੇ ਨਾਲੇ ਸਿੱਧੇ ਤੌਰ 'ਤੇ ਇੱਕ ਵੱਡਾ ਧੋਖਾ ਹੋਇਆ ਹੈ, ਉਹਨਾਂ ਨੂੰ ਠੇਸ ਪਹੁੰਚੀ ਹੈ। ਤਾਂ ਆਪਣੇ ਆਪ ਦੇ ਵਿੱਚ ਬਹੁਤ ਹੈ, ਮੈਂ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਨੇ। ਇਸ ਵਿਚਕਾਰ ਅਸੀਂ ਇਹ ਵੀ ਦੇਖਿਆ ਕਿ ਕਈਆਂ ਨੇ ਇਹ ਵੀ ਕਿਹਾ ਕਿ ਜਥੇਦਾਰ ਸਾਹਿਬ ਜੋ ਫੈਸਲਾ ਕਰਨਗੇ ਉਸੇ 'ਤੇ ਜਿਹੜਾ ਹੈ ਪੰਥ ਸੈਟਿਸਫਾਈ ਹੋਣਾ ਚਾਹੀਦਾ ਹੈ, ਇਹ ਸਭ ਤੋਂ ਵੱਡੀ ਗੱਲ ਹੈ। ਤਾਂ ਅਜਿਹੇ ਦੇ ਵਿੱਚ ਕੀ ਕੁਝ ਪੋਸੀਬਿਲਿਟੀ ਅੱਜ ਮੰਨੀ ਜਾਏ? ਜੀ ਬਿਲਕੁਲ ਗੁਰਜੋਤ, ਇਹਦੇ ਵਿੱਚ 2-3 ਚੀਜ਼ਾਂ ਬੜੀਆਂ ਅਹਿਮ ਨੇ ਸਮਝਣ ਵਾਲੀਆਂ। ਇੱਕ ਤਾਂ ਜਿਹੜਾ ਸੁਖਬੀਰ ਬਾਦਲ ਨੇ ਆਪਣਾ ਮੁਆਫ਼ੀਨਾਮਾ ਦਿੱਤਾ, ਉਸਦੇ ਨਾਲ ਉਹਨਾਂ ਨੇ ਆਪਣੇ ਪਿਤਾ ਜਿਹੜੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਪ੍ਰਕਾਸ਼ ਸਿੰਘ ਬਾਦਲ, ਭਾਵੇਂ ਕਿ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਹੈ, ਪਰ ਉਹਨਾਂ ਦੀ ਇੱਕ ਜਿਹੜੀ ਮੁਆਫ਼ੀ ਪੱਤਰ ਹੈ ਉਹ ਵੀ ਇਸਦੇ ਨਾਲ ਉਸਦੀ ਕਾਪੀ ਜਿਹੜੀ ਆ ਉਹ ਵੀ ਅਟੈਚ ਕੀਤੀ ਗਈ ਸੀ ਕਿ ਉਹ ਇਸ ਲਈ ਪਹਿਲਾਂ ਤੋਂ ਹੀ ਮਾਫ਼ੀ ਮੰਗ ਚੁੱਕੇ ਨੇ। ਪਰ ਉਸ ਮਾਫ਼ੀ ਨੂੰ ਜੇਕਰ ਪੰਥ ਨੇ ਪ੍ਰਵਾਨ ਨਹੀਂ ਕੀਤਾ ਤਾਂ ਹੁਣ ਕੀ ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀ ਨੂੰ ਕੋਈ ਪ੍ਰਵਾਨ ਕਰੇਗਾ? ਇਹ ਇੱਕ ਵੱਡਾ ਸਵਾਲ ਹੈ। ਉਸ ਤੋਂ ਇਲਾਵਾ ਜਿਹੜੀ ਮੰਗ ਹੁਣ ਉੱਠ ਰਹੀ ਹੈ, ਇਹ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਅਤੇ ਪੰਥਕ ਜਿਹੜੇ ਅਹੁਦੇ ਨੇ ਉਹਨਾਂ ਤੋਂ ਲਾਂਭੇ ਕੀਤਾ ਜਾਵੇ। ਤਾਂ ਉਸ ਤੋਂ ਕਿਉਂਕਿ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਫੈਸਲਾ ਲੈ ਲਿਆ ਜਾਂਦਾ ਕਿ ਕਾਰਜਕਾਰੀ ਪ੍ਰਧਾਨ ਜੋ ਹੈ ਉਹ ਨਿਯੁਕਤ ਕਰ ਦਿੱਤਾ ਜਾਵੇ, ਕਿਉਂਕਿ ਇਹ ਵੀ ਚਰਚਾਵਾਂ ਸੀ ਕਿ ਕਾਰਜਕਾਰੀ ਪ੍ਰਧਾਨ ਜੋ ਹੈ ਲਗਾਇਆ ਜਾ ਸਕਦਾ। ਹਾਲਾਂਕਿ ਇਸ ਦੇ ਲਈ ਹਰਜਿੰਦਰ ਸਿੰਘ ਧਾਮੀ ਦੇ ਨਾਂ ਦੀ ਵੀ ਚਰਚਾ ਕਾਫੀ ਸੀ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਔਰ ਅਕਾਲੀ ਦਲ ਦੇ ਵਿੱਚ ਅਸੀਂ ਕਹਿ ਸਕਦੇ ਕਿ ਉਹਨਾਂ ਦਾ ਇੱਕ ਵੱਡਾ ਨਾਮ ਹੈ ਔਰ ਉਹ ਸੁਖਬੀਰ ਬਾਦਲ ਦੇ ਧੜੇ ਦੇ ਜਿਹੜੇ ਮੈਂਬਰ ਮੰਨੇ ਜਾਂਦੇ ਨੇ। ਤਾਂ ਇਸ ਕਰਕੇ ਅੱਜ ਦੀ ਮੀਟਿੰਗ ਇਸ ਕਰਕੇ ਹੁਣ ਅਹਿਮ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਕੀ ਅੱਜ ਸੁਖਬੀਰ ਸਿੰਘ ਬਾਦਲ ਨੂੰ ਕੋਈ ਸਜ਼ਾ ਦਾ ਐਲਾਨ ਕੀਤਾ ਜਾਂਦਾ, ਕਿਉਂਕਿ ਜਿਹੜੀ ਪਰੰਪਰਾ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਜਿਸ ਨੂੰ ਵੀ ਸਜ਼ਾ ਸੁਣਾਉਣੀ ਹੁੰਦੀ ਹੈ ਉਸ ਨੂੰ ਉਸ ਦਿਨ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਜਾਂਦਾ, ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਿਸ ਸ਼ਖਸ ਦੇ ਇਲਜ਼ਾਮ ਲੱਗਦੇ ਨੇ ਉਹ ਗਲੇ ਦੇ ਵਿੱਚ ਪਰਨਾ ਪਾ ਕੇ
ਜੋ ਹੈ ਗੁਰੂ ਦੇ ਬਿਲਕੁਲ ਸਾਹਮਣੇ ਜੋ ਹੈ ਅਕਾਲ ਤਖ਼ਤ ਸਾਹਿਬ ਦੇ, ਉਸ ਨੂੰ ਖੜੇ ਹੋਣਾ ਪੈਂਦਾ ਹੱਥ ਜੋੜ ਕੇ, ਔਰ ਜੋ ਕੁਝ ਵੀ ਉਸ ਦੇ ਉੱਤੇ ਇਲਜ਼ਾਮ ਲੱਗੇ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਸ ਨੂੰ ਪੁੱਛਦੇ ਨੇ ਕਿ ਕੀ ਇਹ ਤੈਨੂੰ ਮਨਜ਼ੂਰ ਹੈ, ਜੇ ਤੇਰੀ ਗਲਤੀ ਹੋਈ ਹੈ, ਜੇਕਰ ਉਹ ਯਹਾਂ ਕਰਦਾ ਤਾਂ ਫਿਰ ਉਸ ਨੂੰ ਧਾਰਮਿਕ ਸਜ਼ਾ ਜਿਹੜੀ ਹੈ ਉਹ ਲਗਾਈ ਜਾਂਦੀ ਹੈ। ਤਾਂ ਹੁਣ ਅੱਜ ਜਿਹੜੀਆਂ ਜਾਣਕਾਰੀਆਂ ਮਿਲਦੀਆਂ ਕਿ ਨੇ ਕਿ ਸੁਖਬੀਰ ਬਾਦਲ ਨੂੰ ਫਿਲਹਾਲ ਨਹੀਂ ਬੁਲਾਇਆ ਗਿਆ, ਤਾਂ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਦੀ ਇਕੱਤਰਤਾ ਕਰਨ ਦੇ ਲਈ ਕੋਈ ਅੱਜ ਫੈਸਲਾ ਲਿਆ ਜਾ ਸਕਦਾ, ਕਿਉਂਕਿ ਵੱਡੀ ਮੰਗ ਉੱਠ ਰਹੀ ਹੈ। ਬਹੁਤ ਸਾਰੇ ਮੰਗ ਪੱਤਰ ਜਥੇਬੰਦੀਆਂ ਵੱਲੋਂ ਦਿੱਤੇ ਗਏ ਨੇ ਕਿ ਪੰਥ ਜਿਹੜਾ ਹੈ ਉਸਨੂੰ ਇਕੱਠਾ ਕੀਤਾ ਜਾਵੇ, ਔਰ ਜਿਹੜਾ ਵੀ ਫੈਸਲਾ ਲਿਆ ਜਾਣਾ ਹੈ ਉਹ ਪੰਥ ਪ੍ਰਵਾਨਿਤ ਫੈਸਲਾ ਹੋਣਾ ਚਾਹੀਦਾ। ਇਸ ਕਰਕੇ ਬਹੁਤ ਸਾਰੇ ਸੁਝਾਅ ਜਿਹੜੇ ਨੇ ਉਹ ਅਕਾਲ ਤਖ਼ਤ ਸਾਹਿਬ ਤੇ ਪਹੁੰਚੇ ਨੇ। ਤਾਂ ਅੱਜ ਦੀ ਮੀਟਿੰਗ ਦੇ ਵਿੱਚ ਜੋ ਜ਼ਿਆਦਾ ਸੰਭਾਵਨਾਵਾਂ ਨੇ ਕਿ ਅੱਜ ਦੀ ਮੀਟਿੰਗ ਦੇ ਵਿੱਚ ਇੱਕ ਤਰੀਕ ਤੈਅ ਕੀਤੀ ਜਾਏਗੀ, ਜਿੰਨੀਆਂ ਵੀ ਜਥੇਬੰਦੀਆਂ ਨੇ ਦੁਨੀਆਂ ਭਰ ਦੀਆਂ ਉਹਨਾਂ ਨੂੰ ਇੱਕ ਸੱਦਾ ਦਿੱਤਾ ਜਾ ਸਕਦਾ, ਇੱਕ ਜਗ੍ਹਾ ਇਕੱਠਾ ਕਰਕੇ ਕੋਈ ਗੁਰਮਤਾ ਕੀਤਾ ਜਾ ਸਕਦਾ, ਉਸ ਤੋਂ ਬਾਅਦ ਇਹ ਫੈਸਲਾ ਜੋ ਹੈ ਅਕਾਲ ਤਖ਼ਤ ਸਾਹਿਬ ਵੱਲੋਂ ਲਿਆ ਜਾ ਸਕਦਾ। ਕਿਉਂਕਿ ਜੇਕਰ ਕੋਈ ਜਲਦਬਾਜ਼ੀ 'ਚ ਫੈਸਲਾ ਲਿਆ ਜਾਂਦਾ ਤਾਂ ਜੋ ਇਲਜ਼ਾਮ ਪਹਿਲੇ ਜਥੇਦਾਰਾਂ ਤੇ ਲੱਗਦੇ ਰਹੇ ਨੇ ਤਾਂ ਉਹ ਗਿਆਨੀ ਰਘਵੀਰ ਸਿੰਘ ਦੇ ਉੱਤੇ ਵੀ ਲੱਗ ਸਕਦੇ ਨੇ। ਇਸ ਕਰਕੇ ਉਹ ਆਪਣੇ ਆਪ ਨੂੰ ਵੀ ਜੋ ਹੈ ਸੇਫ ਰੱਖਣਾ ਚਾਹੁੰਦੇ ਨੇ, ਔਰ ਜਿਹੜਾ ਵੀ ਫੈਸਲਾ ਲੈਣਗੇ ਕੋਈ ਇਹ ਠੱਪਾ ਨਾ ਲੱਗੇ ਕਿ ਜਿਹੜਾ ਵੀ ਫੈਸਲਾ ਲਿਆ ਜਾਂਦਾ ਉਸਦੇ ਲਈ ਅਕਾਲੀ ਦਲ ਤੋਂ ਮਨਜ਼ੂਰੀ ਲੈਣੀ ਪੈਂਦੀ। ਹੁਣ ਤੱਕ ਇਹ ਇਲਜ਼ਾਮ ਲੱਗਦੇ ਰਹੇ ਨੇ ਤਾਂ ਇਸ ਫੈਸਲੇ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਲੋਕਾਂ ਨੂੰ, ਔਰ ਦੁਨੀਆਂ ਭਰ ਦੀ ਨਜ਼ਰ ਜਿਹੜੀ ਆ ਉਹ ਇਸ ਫੈਸਲੇ ਦੇ ਉੱਤੇ ਟਿੱਕੀ ਹੋਈ ਹੈ। ਤਾਂ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਅਹਿਮ ਰਹਿੰਦਾ, ਉਹ ਮੀਟਿੰਗ ਜਦੋਂ ਖਤਮ ਹੋਏਗੀ ਕੋਈ ਬਿਆਨ ਜਾਰੀ ਕੀਤਾ ਜਾਂਦਾ ਜਾਂ ਜਥੇਦਾਰ ਖੁਦ ਇਸ ਬਾਰੇ ਕੁਝ ਬੋਲਦੇ ਨੇ, ਉਹ ਕਾਫੀ ਅਹਿਮ ਰਹਿਣ ਵਾਲਾ ਜੀ। ਕੁਝ ਜੀ, ਬਹੁਤ ਬਹੁਤ ਸ਼ੁਕਰੀਆ ਰਾਜੀਵ, ਤਮਾਮ ਜਾਣਕਾਰੀ ਲਈ ਧੰਨਵਾਦ ਹੈ। ਤਾਂ ਇਹ ਵੀ ਆਪਣੇ ਆਪ ਦੇ ਵਿੱਚ ਅਹਿਮ ਹੈ ਜੋ ਇੱਕ ਵੱਡਾ ਬਦਲਾਅ ਬੀਤੇ ਦਿਨ ਪਾਰਟੀ ਪੱਧਰ ਤੇ ਵੇਖਣ ਨੂੰ ਮਿਲਿਆ ਹੈ। ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੂੰ ਲਗਾਇਆ ਗਿਆ, ਤਾਂ ਉਸਦਾ ਕੀ ਅਸਰ ਵੇਖਣ ਨੂੰ ਮਿਲੇਗਾ, ਜਾਂ ਫਿਰ ਉਹ ਫੈਸਲਾ ਕਿੱਥੋਂ ਤੱਕ ਔਰ ਕਿਉਂ ਜਿਹੜਾ ਹੈ ਉਹ ਪਾਰਟੀ ਪੱਧਰ ਤੇ ਲਿਆ ਗਿਆ ਹੈ, ਉਸ ਨੂੰ ਲੈ ਕੇ ਵੀ ਅੱਜ ਫੈਸਲਾ ਜਿਹੜਾ ਹੈ ਕਹਿ ਸਕਦੇ ਹਾਂ ਵੇਖਣਾ ਹੋਏਗਾ ਕਿ ਪ੍ਰਭਾਵਿਤ ਹੁੰਦਾ ਹੈ ਜਾਂ ਨਹੀਂ, ਯਾਨੀ ਕਿ ਵਜ੍ਹਾ ਕੀ ਰਹੀ ਹੈ ਠੀਕ ਇੱਕ ਦਿਨ ਪਹਿਲਾਂ ਉਸ ਵੱਡੇ ਬਦਲਾਅ। ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਲੱਗੇਗੀ ਜਾਂ ਫਿਰ ਜਿਸ ਤਰੀਕੇ ਦੇ ਨਾਲ ਮੇਰੇ ਸਹਿਯੋਗੀ ਰਾਜੀਵ ਨੇ ਬੜੀ ਅਹਿਮ ਜਾਣਕਾਰੀ ਦੱਸੀ ਹੈ ਕਿ ਸਾਂਝੀ ਕੀਤੀ ਹੈ, ਉਹਨਾਂ ਨੇ ਕਿਹਾ ਕਿ ਅੱਜ ਜਿਹੜੀ ਬੈਠਕ ਹੋਏਗੀ ਇਸ ਦੇ ਵਿੱਚ ਜ਼ਿਆਦਾਤਰ ਇਹ ਸੰਭਵਤਾ ਮੰਨੀ ਜਾ ਰਹੀ ਹੈ ਕਿ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਬਕਾਇਦਾ ਇੱਕ ਪਰਟੀਕੁਲਰ ਤਰੀਕ ਦੇ ਦਿੱਤੀ ਜਾਏਗੀ ਕਿ ਉਸ ਦਿਨ ਤੁਸੀਂ ਅਕਾਲ ਤਖ਼ਤ ਸਾਹਿਬ ਤੇ ਪਹੁੰਚੋ ਔਰ ਸਾਰਿਆਂ ਦੀ ਇਕੱਠੀ ਇਕੱਤਰਤਾ ਹੋਏਗੀ, ਸਭ ਦੇ ਨਾਲ ਮਸ਼ਵਰਾ ਕਰਕੇ ਹੀ ਫੈਸਲਾ ਕੋਈ ਲਿਆ ਜਾ ਸਕਦਾ, ਇਹ ਦੱਸਿਆ ਜਾ ਰਿਹਾ। ਅੱਗੇ ਵੱਧਦੇ ਹਾਂ ਤਾਂ ਬਠਿੰਡਾ ਤੋਂ ਵੱਡੀ ਖਬਰ ਹੈ ਜਿੱਥੇ ਰਾਮਪੁਰਾ ਫੂਲ ਦੇ ਵਿੱਚ NIA ਦੇ ਵੱਲੋਂ ਰੇਡ ਕੀਤੀ ਗਈ ਹੈ। ਮਹਿਲਾ ਕਿਸਾਨ ਸੁਖਵਿੰਦਰ ਕੌਰ ਖੰਡੀ ਦੇ ਘਰ ਰੇਡ ਕੀਤੀ ਗਈ ਹੈ। ਤਾਂ ਰਾਮਪੁਰਾ ਫੂਲ ਦੇ ਸਰਾਭਾ ਨਗਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਔਰ ਰੇਡ ਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਧਰਨਾ ਲਾ ਦਿੱਤਾ ਹੈ। ਤਾਂ ਪੰਜਾਬ ਦੇ ਵਿੱਚ ਵੱਡੀ ਖਬਰ ਹੈ ਕਿ ਰੇਡ ਜ਼ਰੂਰ ਹੋ ਰਹੀ ਹੈ ਪਰ ਇਸ ਦੇ ਵਿਚਕਾਰ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖਿਆ ਜਾ ਸਕਦਾ ਕਿ ਕਿਸਾਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਔਰ ਉਹਨਾਂ ਦੇ ਵੱਲੋਂ ਹੱਥਾਂ 'ਚ ਝੰਡੇ ਨੇ, ਹੇਠਾਂ ਉਹਨਾਂ ਨੇ ਜਿਹੜਾ ਹੈ ਉਹ ਪੱਲੀਆਂ ਵਿਛਾ ਲਈਆਂ ਨੇ, ਯਾਨੀ ਕਿ ਆਪਣਾ ਅਸਲ ਇੱਕ ਕਿਸਮ ਦਾ ਬੈਠਣ ਲਈ ਤਿਆਰ ਕਰ ਲਿਆ ਹੈ ਔਰ ਧਰਨਾ ਲਗਾ ਦਿੱਤਾ ਗਿਆ। ਤਾਂ ਇਹ ਇਲਜ਼ਾਮ ਹਾਲਾਂਕਿ ਕਿਸ ਤਰੀਕੇ ਦੇ ਲਗਾਏ ਜਾ ਰਹੇ ਨੇ ਇਹ ਵੀ ਵੇਖਣਾ ਹੋਏਗਾ, ਪਰ ਮਹਿਲਾ ਕਿਸਾਨ ਸੁਖਵਿੰਦਰ ਕੌਰ ਖੰਡੀ ਦਾ ਜ਼ਿਕਰ ਕੀਤਾ ਜਾਏ ਤਾਂ ਅਕਸਰ ਜਿਹੜਾ ਹੈ ਉਹ ਬੇਬਾਕੀ ਦੇ ਨਾਲ ਆਪਣੀ ਗੱਲ ਰੱਖਦੇ ਨੇ ਔਰ ਹੁਣ ਇਹ NIA ਦੀ ਰੇਡ ਤਾਂ ਇਸ ਨੂੰ ਲੈ ਕੇ ਪ੍ਰਦਰਸ਼ਨ। ਤਸਵੀਰਾਂ ਨੇ ਉਮੇਸ਼ ਸਿੰਗਲਾ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਉਮੇਸ਼ ਕੀ ਕੁਝ ਜਾਣਕਾਰੀ ਹੈ ਰੇਡ ਨੂੰ ਲੈ ਕੇ ਔਰ ਨਾਲ ਹੀ ਧਰਨੇ ਨੂੰ ਲੈ ਕੇ? ਜੀ ਗੁਰਜੋਤ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਰਾਮਪੁਰਾ ਵਿਲੇਜ ਹੈ ਜਿੱਥੇ ਸੁਖਵਿੰਦਰ ਕੌਰ ਖੰਡੀ ਦੇ ਘਰ NIA ਦੀ ਰੇਡ ਸਵੇਰੇ 4 ਵਜੇ ਤੋਂ ਚੱਲ ਰਹੀ ਹੈ ਤੇ ਫਿਲਹਾਲ ਕਿਸਾਨਾਂ ਵੱਲੋਂ ਪੁਲਿਸ ਨੂੰ ਘੇਰਿਆ ਗਿਆ ਹੈ
ਕਿਉਂਕਿ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਸੀ ਕਿ ਤੁਸੀਂ ਉਸਦੇ ਘਰ ਅੱਗੇ ਨਹੀਂ ਜਾ ਸਕਦੇ। 500 ਮੀਟਰ ਪਹਿਲਾਂ ਹੀ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਤਾਂ ਹੈ ਹੀ, ਸਾਥ ਹੀ ਨਾਲ ਹੀ ਇੱਥੇ ਇੱਕ ਉਹਨਾਂ ਦੀ ਮੇਡ ਆਈ ਸੀ ਜਿਸ ਨੂੰ ਵੀ ਰੋਕਣ ਤੋਂ ਬਾਅਦ ਕਿਸਾਨਾਂ ਵਿੱਚ ਰੋਸ ਹੋਰ ਵੀ ਵੱਧ ਗਿਆ, ਕਿਉਂਕਿ ਉਸ ਘਰ ਵਿੱਚ ਇੱਕ 80 ਸਾਲ ਦੀ ਬਜ਼ੁਰਗ ਦੱਸੀ ਜਾ ਰਹੀ ਹੈ ਜਿਸ ਨੂੰ ਖਾਣਾ ਦੇਣ ਉਹ ਆਈ ਸੀ, ਤਾਂ ਉਸ ਤੋਂ ਰੋਕਣ ਤੋਂ ਬਾਅਦ ਕਿਸਾਨ ਹੋਰ ਗੁੱਸੇ ਵਿੱਚ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਸਾਨੂੰ NIA ਰੇਡ ਬਾਰੇ ਨਹੀਂ ਜਾਣਕਾਰੀ ਦਿੰਦੀ, ਉਨੀ ਦੇਰ ਉਹ ਇੱਥੇ ਇਸੇ ਤਰ੍ਹਾਂ ਹੀ ਘਰਾਬ ਕਰਕੇ ਰੱਖਣਗੇ ਅਤੇ ਕਿਸੇ ਨੂੰ ਵੀ ਜਾਣ ਦਿੱਤਾ ਨਹੀਂ ਜਾਵੇਗਾ। ਫਿਲਹਾਲ ਕਿਸਾਨ 500 ਮੀਟਰ ਦੂਰ ਉਸਦੇ ਘਰ ਤੋਂ ਬੈਠੇ ਹਨ ਅਤੇ ਉਹਨਾਂ ਵੱਲੋਂ ਧਰਨਾ ਲਗਾਇਆ ਹੋਇਆ ਹੈ ਜੀ। ਔਰ ਰੇਡ ਚੱਲ ਰਹੀ ਹੈ ਉਮੇਸ਼ ਜੀ, ਰੇਡ ਕੰਟੀਨਿਊ ਚੱਲ ਰਹੀ ਹੈਗੀ ਅਤੇ ਰੇਡ ਹਲੇ ਤੱਕ ਜਾਰੀ ਹੈ। ਠੀਕ ਹੈ, ਸ਼ੁਕਰੀਆ ਬਹੁਤ ਬਹੁਤ ਤਮਾਮ ਜਾਣਕਾਰੀ ਲਈ, ਧੰਨਵਾਦ ਹੈ। ਤਾਂ ਰੇਡ ਚੱਲ ਰਹੀ ਹੈ ਔਰ ਸੁਖਵਿੰਦਰ ਕੌਰ ਖੰਡੀ ਦੇ ਘਰ ਰੇਡ ਚੱਲ ਰਹੀ ਹੈ। ਕਿਸਾਨ ਇਹ ਕਹਿ ਰਹੇ ਨੇ ਕਿ ਸਾਨੂੰ ਇਸ ਬਾਬਤ ਸਾਰੀ ਜਾਣਕਾਰੀ ਦਿੱਤੀ ਜਾਵੇ, ਨਹੀਂ ਤਾਂ ਉਦੋਂ ਤੱਕ ਇਹ ਧਰਨਾ ਇਸੇ ਤਰੀਕੇ ਜਾਰੀ ਰਹੇਗਾ। ਦੱਸ ਦਈਏ ਕਿ ਆਪਣੇ ਆਪ ਦੇ ਵਿੱਚ ਇਸ ਵੇਲੇ ਦੀ ਵੱਡੀ ਖਬਰ ਹੈ, ਕਿਉਂਕਿ ਕਿਸਾਨ ਆਗੂ ਨੇ, ਸੁਖਵਿੰਦਰ ਕੌਰ ਖੰਡੀ ਮਹਿਲਾ ਕਿਸਾਨ ਆਗੂ ਨੇ, ਜਿਹਨਾਂ ਦੇ ਵੱਲੋਂ ਵਿਭਾਗੀ ਦੇ ਨਾਲ ਆਪਣੀ ਗੱਲ ਕਿਸਾਨਾਂ ਦੇ ਵਾਂਗ ਕੀ ਜਿਹੜੀ ਹੈ ਉਹ ਜਿਵੇਂ ਕਿਸਾਨ ਜਥੇਬੰਦੀਆਂ ਦੇ ਆਗੂ ਰੱਖਦੇ ਨੇ ਉਸ ਤਰੀਕੇ ਦੇ ਨਾਲ ਬੇਵਾਕੀ ਦੇ ਨਾਲ ਆਪਣੀ ਗੱਲ ਰੱਖਦੇ ਨੇ। ਹਾਲਾਂਕਿ NIA ਦੀ ਰੇਡ ਕਿਸ ਸੰਦਰਭ ਦੇ ਵਿੱਚ ਹੋ ਰਹੀ ਹੈ, ਕਿਉਂ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ, ਕਿਉਂਕਿ ਸਵੇਰ ਵੇਲੇ ਤੋਂ ਹੀ ਇਹ ਛਾਪੇਮਾਰੀ ਹੋ ਰਹੀ ਹੈ, ਤਾਂ ਅੱਗੇ ਦਾ ਨਹੀਂ ਜਾਣ ਦਿੱਤਾ ਗਿਆ ਕਿਸਾਨਾਂ ਨੂੰ, ਉਹਨਾਂ ਨੂੰ ਪਿੱਛੇ ਹੀ ਰੋਕ ਦਿੱਤਾ ਗਿਆ 500 ਮੀਟਰ ਪਹਿਲਾਂ ਹੀ, ਜਿਸ ਤੋਂ ਬਾਅਦ ਉਹਨਾਂ ਨੇ ਧਰਨਾ ਸ਼ੁਰੂ ਕਰ ਦਿੱਤਾ।